ਇਸ ਸਮੇਂ ਸਾਡੇ ਪਟਿਆਲਾ ਤੋਂ ਪੱਤਰਕਾਰ ਕੇਸ਼ਵ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਤੋਂ ਪੁੱਛਦੇ ਹਾਂ ਕਿ ਪਟਿਆਲਾ ਦੇ ਸਮੇਂ ਕੀ ਹਾਲਾਤ ਨੇ, ਤਾਂ ਬੱਸ ਸਟੈਂਡ ਤੇ ਜਿਹੜੀ ਗੋਲੀ ਚੱਲੀ ਹੈ ਆਖਿਰਕਾਰ ਹੋਇਆ ਕੀ ਸੀ ਕੇਸ਼ਵ? ਮਨ ਜਦੋਂ ਦੁਪਹਿਰ ਦੇ 12 ਵਜੇ ਤੋਂ 1 ਵਜੇ ਦੇ ਟਾਈਮ ਹੈ, ਜਿਹੜੇ 15 ਤੋਂ 20 ਜਾਣੇ ਇੱਕ ਵਿਅਕਤੀ ਨੂੰ ਆਗੇ ਬੱਸ ਨੇ ਅੰਦਰਲੇ ਪਾਸੇ ਦਿਖਾਣਾ, ਉਹਦੇ ਅੱਗੇ ਕੁੱਟਮਾਰ ਕਰਦੇ, ਜਿਹੜੇ ਲੋਕਾਂ ਦਾ ਕਹਿਣਾ ਦਿਖਾਉਂਦਾ ਨਾ, ਤੇ ਬਾਅਦ ਜਾ ਕੇ 5 ਰਾਊਂਡ ਜਿਹੜੇ ਹਵਾਈ ਫਾਇਰਿੰਗ ਕਰਦੇ। ਉਸ ਤੋਂ ਥਾਣਾ ਅਰਬਨ SHO ਮੌਕੇ ਤੇ ਪਹੁੰਚੀ, ਜਿਹੜੇ CCTV ਕੈਮਰੇ ਉਹ ਸਾਮ ਚੈੱਕ ਕਰ ਰਹੇ ਤੇ ਜਿਹੜਾ ਤਣਾਅ ਆ CID ਸਟਾਫ ਤੇ ਫਿੰਗਰ ਪ੍ਰਿੰਟ ਚੈੱਕ ਕਰ ਰਹੇ। ਠੀਕ ਹੈ, ਤੇ ਕਿੰਨੇ ਲੋਕ ਇਕੱਠੇ ਹੋਏ ਸੀ, ਕਿੰਨੇ ਲੋਕਾਂ ਨੇ ਹਮਲਾ ਕੀਤਾ? 15 ਤੋਂ 20 ਬੰਦਿਆਂ ਨੇ ਹਮਲਾ ਕੀਤਾ, ਜਿਹੜਾ ਬੰਦਾ ਜ਼ਖਮੀ ਹੋ ਪਟਿਆਲਾ ਸਰਕਾਰੀ ਹਸਪਤਾਲ ਦਾਖਲ ਕਰਾ ਦਿੱਤਾ। ਮਾਮਲਾ ਕਿਵੇਂ ਲੱਗਦਾ ਤੁਹਾਨੂੰ, ਕੀ ਹੋਇਆ, ਕੀ ਕਿਸ ਮਾਮਲੇ ਪਿੱਛੇ ਇਹ ਸਾਰਾ ਹੋਇਆ, ਇੱਥੇ ਜਿਹੜੀ ਹੰਗਾਮਾ ਹੋਇਆ? ਹੰਗਾਮਾ ਜੀ ਕੁਛ ਸਮਝ ਕੋਈ CCTV ਵੀ ਸਾਹਮਣੇ ਆਉਂਦੇ, ਦੇਖ ਜਿਹੜਾ ਬੰਦਾ ਜ਼ਖਮੀ ਆ ਉਹਨੂੰ ਜਿੰਨਾ ਪੁਲਿਸ ਜਾਣਕਾਰੀ ਲਊਗੀ, ਉਸ ਤੋਂ ਬਾਅਦ SHO ਸਾਹਿਬ ਕਹਿੰਦੇ 1-2 ਦਿਨ ਤੁਹਾਨੂੰ ਮਾਮਲਾ ਕਲੀਅਰ ਕਰ ਦਊਗੀ। ਠੀਕ ਹੈ, ਹਜੇ ਮਾਮਲਾ ਪਤਾ ਨਹੀਂ ਲੱਗਿਆ ਕਿ ਕਿਸ ਕਰਕੇ ਕਾਰਵਾਈ ਹੋਈ ਹੈ ਇਹ ਬੱਸ ਸਟੈਂਡ ਤੇ ਗੋਲੀ। ਹਜੇ ਤੱਕ ਮਾਮਲਾ ਕਲੀਅਰ ਨਹੀਂ, ਜਿਹੜੇ ਬੰਦੇ ਨੂੰ ਗੋਲੀ ਲੱਗੀ ਜ਼ਖਮੀ ਹੋਇਆ ਉਹ ਅਜੇ ਜਿੰਦਾ ਦਾਖਲਾ, ਉਹਦੇ ਬਿਆਨ ਲਿੱਤੇ ਹੋਏ, ਉਸ ਤੋਂ ਬਾਅਦ ਮਾਮਲਾ ਕਲੀਅਰ ਕੀਤਾ ਜਾਊਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਇਸ ਸਮੇਂ ਸਾਡੇ ਪਟਿਆਲਾ ਤੋਂ ਪੱਤਰਕਾਰ ਕੇਸ਼ਵ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਤੋਂ ਪੁੱਛਦੇ ਹਾਂ ਕਿ ਪਟਿਆਲਾ ਦੇ ਸਮੇਂ ਕੀ ਹਾਲਾਤ ਨੇ, ਤਾਂ ਬੱਸ ਸਟੈਂਡ ਤੇ ਜਿਹੜੀ ਗੋਲੀ ਚੱਲੀ ਹੈ ਆਖਿਰਕਾਰ ਹੋਇਆ ਕੀ ਸੀ ਕੇਸ਼ਵ? ਮੈਂ ਜਦੋਂ ਦੁਪਹਿਰ ਦੇ 12 ਵਜੇ ਤੋਂ 1 ਵਜੇ ਦੇ ਟਾਈਮ ਹੈ, ਜਿਹੜੇ 15 ਤੋਂ 20 ਜਾਣੇ ਇੱਕ ਵਿਅਕਤੀ ਨੂੰ ਆਗੇ ਬੱਸ ਨੇ ਅੰਦਰਲੇ ਪਾਸੇ ਦਿਖਾਣਾ, ਉਹਦੇ ਅੱਗੇ ਕੁੱਟਮਾਰ ਕਰਦੇ, ਜਿਹੜੇ ਲੋਕਾਂ ਦਾ ਕਹਿਣਾ ਦਿਖਾਉਂਦਾ ਨਾ, ਤੇ ਬਾਅਦ ਜਾ ਕੇ 5 ਰਾਊਂਡ ਜਿਹੜੇ ਹਵਾਈ ਫਾਇਰਿੰਗ ਕਰਦੇ। ਉਸ ਤੋਂ ਥਾਣਾ ਅਰਬਨ SHO ਮੌਕੇ ਤੇ ਪਹੁੰਚੀ, ਜਿਹੜੇ CCTV ਕੈਮਰੇ ਉਹ ਸਾਮ ਚੈੱਕ ਕਰ ਰਹੇ ਤੇ ਜਿਹੜਾ ਤਣਾਅ ਆ CID ਸਟਾਫ ਤੇ ਫਿੰਗਰ ਪ੍ਰਿੰਟ ਚੈੱਕ ਕਰ ਰਹੇ। ਠੀਕ ਹੈ, ਤੇ ਕਿੰਨੇ ਲੋਕ ਇਕੱਠੇ ਹੋਏ ਸੀ, ਕਿੰਨੇ ਲੋਕਾਂ ਨੇ ਹਮਲਾ ਕੀਤਾ? 15 ਤੋਂ 20 ਬੰਦਿਆਂ ਨੇ ਹਮਲਾ ਕੀਤਾ, ਜਿਹੜਾ ਬੰਦਾ ਜ਼ਖਮੀ ਹੋ ਪਟਿਆਲਾ ਰਜਿੰਦਰਾ ਸਰਕਾਰੀ ਹਸਪਤਾਲ ਦਾਖਲ ਕਰਾ ਦਿੱਤਾ। ਮਾਮਲਾ ਕਿਵੇਂ ਲੱਗਦਾ ਤੁਹਾਨੂੰ, ਕੀ ਹੋਇਆ, ਕੀ ਕਿਸ ਮਾਮਲੇ ਪਿੱਛੇ ਇਹ ਸਾਰਾ ਹੋਇਆ, ਇੱਥੇ ਜਿਹੜੀ ਹੰਗਾਮਾ ਹੋਇਆ? ਹੰਗਾਮਾ ਜੀ ਕੁਛ ਸਮਝ ਕੋਈ CCTV ਸਾਹਮਣੇ ਆਉਂਦੇ, ਦੇਖ ਜਿਹੜਾ ਬੰਦਾ ਜ਼ਖਮੀ ਆ ਉਹਨੂੰ ਜਿੰਨਾ ਪੁਲਿਸ ਜਾਣਕਾਰੀ ਲਊਗੀ, ਉਸ ਤੋਂ ਬਾਅਦ SHO ਸਾਹਿਬ ਕਹਿੰਦੇ 1-2 ਦਿਨ ਤੁਹਾਨੂੰ ਮਾਮਲਾ ਕਲੀਅਰ ਕਰ ਦਊਗੀ। ਠੀਕ ਹੈ, ਹਜੇ ਮਾਮਲਾ ਪਤਾ ਨਹੀਂ ਲੱਗਿਆ ਕਿ ਕਿਸ ਕਰਕੇ ਕਾਰਵਾਈ ਹੋਈ ਹੈ ਇਹ ਬੱਸ ਸਟੈਂਡ ਤੇ ਗੋਲੀ। ਹਜੇ ਤੱਕ ਮਾਮਲਾ ਕਲੀਅਰ ਨਹੀਂ, ਜਿਹੜੇ ਬੰਦੇ ਨੂੰ ਗੋਲੀ ਲੱਗੀ ਜ਼ਖਮੀ ਹੋਇਆ ਉਹ ਅਜੇ ਜਿੰਦਾ ਦਾਖਲਾ, ਉਹਦੇ ਬਿਆਨ ਲਿੱਤੇ ਹੋਏ, ਉਸ ਤੋਂ ਬਾਅਦ ਮਾਮਲਾ ਕਲੀਅਰ ਕੀਤਾ ਜਾਊਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਇਸ ਸਮੇਂ ਸਾਡੇ ਪਟਿਆਲਾ ਤੋਂ ਪੱਤਰਕਾਰ ਕੇਸ਼ਵ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਤੋਂ ਪੁੱਛਦੇ ਹਾਂ ਕਿ ਪਟਿਆਲਾ ਦੇ ਸਮੇਂ ਕੀ ਹਾਲਾਤ ਨੇ, ਤਾਂ ਬੱਸ ਸਟੈਂਡ ਤੇ ਜਿਹੜੀ ਗੋਲੀ ਚੱਲੀ ਹੈ ਆਖਿਰਕਾਰ ਹੋਇਆ ਕੀ ਸੀ ਕੇਸ਼ਵ? ਮੈਂ ਜਦੋਂ ਦੁਪਹਿਰ ਦੇ 12 ਵਜੇ ਤੋਂ 1 ਵਜੇ ਦੇ ਟਾਈਮ ਹੈ, ਜਿਹੜੇ 15 ਤੋਂ 20 ਜਾਣੇ ਇੱਕ ਵਿਅਕਤੀ ਨੂੰ ਆਗੇ ਬੱਸ ਨੇ ਅੰਦਰਲੇ ਪਾਸੇ ਦਿਖਾਣਾ, ਉਹਦੇ ਅੱਗੇ ਕੁੱਟਮਾਰ ਕਰਦੇ, ਜਿਹੜੇ ਲੋਕਾਂ ਦਾ ਕਹਿਣਾ ਦਿਖਾਉਂਦਾ ਨਾ, ਤੇ ਬਾਅਦ ਜਾ ਕੇ 5 ਰਾਊਂਡ ਜਿਹੜੇ ਹਵਾਈ ਫਾਇਰਿੰਗ ਕਰਦੇ। ਉਸ ਤੋਂ ਥਾਣਾ ਅਰਬਨ SHO ਮੌਕੇ ਤੇ ਪਹੁੰਚੀ, ਜਿਹੜੇ CCTV ਕੈਮਰੇ ਉਹ ਸਾਮ ਚੈੱਕ ਕਰ ਰਹੇ ਤੇ ਜਿਹੜਾ ਤਣਾਅ ਆ CID ਸਟਾਫ ਤੇ ਫਿੰਗਰ ਪ੍ਰਿੰਟ ਚੈੱਕ ਕਰ ਰਹੇ। ਠੀਕ ਹੈ, ਤੇ ਕਿੰਨੇ ਲੋਕ ਇਕੱਠੇ ਹੋਏ ਸੀ, ਕਿੰਨੇ ਲੋਕਾਂ ਨੇ ਹਮਲਾ ਕੀਤਾ? 15 ਤੋਂ 20 ਬੰਦਿਆਂ ਨੇ ਹਮਲਾ ਕੀਤਾ, ਜਿਹੜਾ ਬੰਦਾ ਜ਼ਖਮੀ ਹੋ ਪਟਿਆਲਾ ਰਜਿੰਦਰਾ ਸਰਕਾਰੀ ਹਸਪਤਾਲ ਦਾਖਲ ਕਰਾ ਦਿੱਤਾ। ਮਾਮਲਾ ਕਿਵੇਂ ਲੱਗਦਾ ਤੁਹਾਨੂੰ, ਕੀ ਹੋਇਆ, ਕੀ ਕਿਸ ਮਾਮਲੇ ਪਿੱਛੇ ਇਹ ਸਾਰਾ ਹੋਇਆ, ਇੱਥੇ ਜਿਹੜੀ ਹੰਗਾਮਾ ਹੋਇਆ? ਹੰਗਾਮਾ ਜੀ ਕੁਛ ਸਮਝ ਕੋਈ CCTV ਸਾਹਮਣੇ ਆਉਂਦੇ, ਦੇਖ ਜਿਹੜਾ ਬੰਦਾ ਜ਼ਖਮੀ ਆ ਉਹਨੂੰ ਜਿੰਨਾ ਪੁਲਿਸ ਜਾਣਕਾਰੀ ਲਊਗੀ, ਉਸ ਤੋਂ ਬਾਅਦ SHO ਸਾਹਿਬ ਕਹਿੰਦੇ 1-2 ਦਿਨ ਤੁਹਾਨੂੰ ਮਾਮਲਾ ਕਲੀਅਰ ਕਰ ਦਊਗੀ। ਠੀਕ ਹੈ, ਹਜੇ ਮਾਮਲਾ ਪਤਾ ਨਹੀਂ ਲੱਗਿਆ ਕਿ ਕਿਸ ਕਰਕੇ ਕਾਰਵਾਈ ਹੋਈ ਹੈ ਇਹ ਬੱਸ ਸਟੈਂਡ ਤੇ ਗੋਲੀ। ਹਜੇ ਤੱਕ ਮਾਮਲਾ ਕਲੀਅਰ ਨਹੀਂ, ਜਿਹੜੇ ਬੰਦੇ ਨੂੰ ਗੋਲੀ ਲੱਗੀ ਜ਼ਖਮੀ ਹੋਇਆ ਉਹ ਅਜੇ ਜਿੰਦਾ ਦਾਖਲਾ, ਉਹਦੇ ਬਿਆਨ ਲਿੱਤੇ ਹੋਏ, ਉਸ ਤੋਂ ਬਾਅਦ ਮਾਮਲਾ ਕਲੀਅਰ ਕੀਤਾ ਜਾਊਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ।